ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਤੇ ਲੱਗੇ ਸਰਵ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਦੌਰਾਨ ਘੁਟਾਲੇ ਦੇ ਦੋਸ਼ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਸੂਬਾ ਸਿਹਤ ਏਜੰਸੀ ਨੇ ਦਿਨੀ ਲਗਾਤਾਰ ਘੁਟਾਲਿਆਂ ਵਿੱਚ ਸ਼ਾਮਲ ਦਿਖਾਈ ਦੇ ਰਹੀ ਆ ਹੁਣ ਇੱਕ ਹੋਰ ਘੁਟਾਲਾ ਜੋ ਸਾਹਮਣੇ ਆਇਆ ਉਹ ਰਾਜ ਸਿਹਤ ਏਜੰਸੀ ਦੇ ਵਿੱਚ ਸਰਵ ਸਿਹਤ ਬੀਮਾ ਯੋਜਨਾ ਲਾਗੂ ਕਰਨ ਲਈ ਭਰਤੀ ਘੁਟਾਲਾ ਹੈ ਇਸ ਦੌਰਾਨ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਵਿਭਾਗ ਨੇ ਇਸ ਸਕੀਮ ਨੂੰ ਲਾਗੂ ਕਰਨ ਦੇ ਲਈ ਕਾਰਜਕਾਰੀ ਸਹਾਇਕਾਂ ਲਈ 13 ਸਾਮੀਆਂ ਦਾ ਲਾਣ ਕੀਤਾ ਸੀ ਜਿਸ ਵਿੱਚ ਕਥਿਤ ਭ੍ਰਸ਼ਟਾਚਾਰ ਹੋਇਆ ਤੇ ਨਿਯਮਾਂ ਦੀ ਉਲੰਘਣਾ ਹੋਈ ਹੈ ਇਲਜ਼ਾਮਾਂ ਦੇ ਅਨੁਸਾਰ ਨਿਯਮਾਂ ਦੀ ਨਾ ਤਾਂ ਸਿਰਫ ਉਲੰਘਣਾ ਕੀਤੀ ਗਈ ਬਲਕਿ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਕਦੇ ਅਪਲਾਈ ਨਹੀਂ ਕੀਤਾ ਨਾ ਹੀ ਪ੍ਰੀਖਿਆ ਦਿੱਤੀ ਨਾ ਹੀ ਇੰਟਰਵਿਊ ਦਿੱਤਾ ਉਹਨਾਂ ਦੇ ਯੋਗਤਾ ਪ੍ਰਮਾਣ ਪੱਤਰਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ ਤੇ ਸਿੱਧੇ ਤੌਰ ਤੇ ਕਾਰਜਕਾਰੀ ਸਹਾਇਕ ਨਿਯੁਕਤ ਕਰ ਦਿੱਤਾ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਆ ਹੁਣ ਕੈਪਟਨ ਸਮਰਥਕਾਂ ਨੇ ਸੋਨੀਆ ਗਾਂਧੀ ਨੂੰ ਭੇਜੀਆਂ ਫੋਨ ਰਿਕਾਰਡਿੰਗਾਂ ਪੰਜਾਬ ਕਾਂਗਰਸ ਦੇ ਵਿੱਚ ਮੱਚੇ ਕਸਮਾਨ ਤੋਂ ਇੱਕ ਨਵਾਂ ਮੋੜ ਆ ਗਿਆ ਕੈਪਟਨ ਦਾ ਸਮਰਥਨ ਕਰਨ ਵਾਲੇ ਕੁਝ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫੋਨ ਰਿਕਾਰਡਿੰਗਸ ਭੇਜੀਆਂ ਹਨ ਜਿਸ ਵਿੱਚ ਕੈਪਟਨ ਖਿਲਾਫ ਆਵਾਜ਼ ਬੁਲੰਦ ਕਰਨ ਦੇ ਲਈ ਉਹਨਾਂ ਨੂੰ ਉਕਸਾਇਆ ਜਾ ਰਿਹਾ ਹੈ ਇਹਨਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਸਿੰਘ ਦੇ ਖਿਲਾਫ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਆ ਮੁੱਖ ਮੰਤਰੀ ਦੇ ਖਿਲਾਫ ਧੜੇਬਾਜ਼ੀ ਨੂੰ ਇਸ ਕਦਰ ਹਵਾ ਦਿੱਤੀ ਗਈ ਆ ਕਿ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਨੂੰ ਫੋਨ ਕੀਤੇ ਗਏ ਕਿ ਉਹ ਕਮੇਟੀ ਸਾਹਮਣੇ ਮੁੱਖ ਮੰਤਰੀ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਸਕਦੇ ਹਨ ਹਾਲਾਂਕਿ ਕੁੱਲ ਕਿੰਨੇ ਵਿਧਾਇਕਾਂ ਨੇ ਅਜਿਹੀਆਂ ਰਿਕਾਰਡਿੰਗਸ ਭੇਜੀਆਂ ਗਈਆਂ ਨੇ ਇਸ ਦੀ ਕੋਈ ਸਪਸ਼ਟ ਗਿਣਤੀ ਸਾਹਮਣੇ ਨਹੀਂ ਆਈ ਵਿਰੋਧੀ ਧਿਰ ਦੇ ਲੀਡਰਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਮੋਰਚੇ ਦੀ ਸਭ ਤੋਂ ਵੱਡੀ ਗਲਤੀ ਚੜੂਨੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਗੱਲਬਾਤ ਕਰਦਿਆਂ ਵੱਡੀਆਂ ਗੱਲਾਂ ਤੋਂ ਪਰਦਾ ਚੱਕਿਆ ਉਹਨਾਂ ਨੇ ਕਿਹਾ ਵਿਰੋਧੀ ਧਿਰ ਦੇ ਲੀਡਰਾਂ ਨੂੰ ਨਾਲ ਲੈ ਕੇ ਨਾ ਚੱਲਣਾ ਸੰਯੁਕਤ ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਕਿਹਾ ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਐਮ ਰੋਲ ਹੁੰਦਾ ਜੇਕਰ ਸੰਯੁਕਤ ਕਿਸਾਨ ਮੋਰਚਾ ਵਿਰੋਧੀ ਧਿਰ ਨੂੰ ਅੰਦੋਲਨ ਤੋਂ ਦੂਰ ਨਾ ਰੱਖਦਾ ਤਾਂ ਅਸੀਂ ਇਹ ਅੰਦੋਲਨ ਬੜੇ ਚਿੜਾਂ ਤੋਂ ਜਿੱਤ ਲੈਣਾ ਸੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦਾ ਕਿਸਾਨ ਮੋਰਚੇ ਕਈ ਮਹੀਨਿਆਂ ਤੋਂ ਲਗਾਤਾਰ ਬਾਰਡਰਾਂ ਤੇ ਡਟ ਕੇ ਵਿਰੋਧ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂਣੀ ਸਰਕਦੀ ਉਹਨਾਂ ਨੇ ਕਿਹਾ ਜੀ ਕਿਸਾਨਾਂ ਦੇ ਹਾਲਾਤ ਨਾ ਪਹਿਲਾਂ ਜੰਗੇ ਸੀ ਨਾ ਹੁਣ ਪਰ ਇਹ ਕਾਨੂੰਨਾਂ ਨਾਲ ਹੋਰ ਵਿਗੜਨਗੇ ਉਹਨਾਂ ਨੇ ਕਿਹਾ ਸਾਡੀ ਲੜਾਈ ਤਾਂ ਜਉਂਦੇ ਰਹਿਣ ਦੀ ਆ ਪਰ ਚੁਕਣਾ ਮਰਨਾ ਸਮਾਨ ਹੋਵੇਗਾ ਜਉਂਦੇ ਰਹਿਣ ਲਈ ਅਸੀਂ ਕਿਸੇ ਵੀ ਹੱਦ ਤੱਕ ਲੜਾਂਗੇ ਚਾਹੇ ਕਾਲੇ ਕਾਨੂੰਨ ਰੱਦ ਨਹੀਂ ਹੋਏ ਪਰ ਸਾਡੀ ਜਿੱਤ ਪੱਕੀ ਹੈ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੀ ਹਾਲਤ ਪਤਲੀ ਹੋਈ ਪਈ ਹੈ ਪੰਜਾਬ ਚ ਸਾਰੀਆਂ ਪਾਰਟੀਆਂ ਦਲਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਵਾ ਕਰ ਰਹੀਆਂ ਪਰ ਸੱਚ ਕੀ ਚੱਲ ਮੇਰੇ ਸਾਥੀ ਚੱਲ ਮੇਰੇ ਹਾਥੀ ਚੱਲ ਲੈ ਚੱਲ ਖਟਾਰਾ ਖਿੱਚ ਲੈ ਚੱਲ ਯਾਰ ਧੱਕਾ ਮਾਰ ਬੰਦਾ ਹੈ ਪੰਜਾਬ ਦਾ ਸਭਿਆਚਾਰ ਨਵੇਂ ਸਿਆਸੀ ਗੱਠ ਜੋੜ ਤੋਂ ਬਾਅਦ ਇਹ ਗੀਤ ਹਰ ਥਾਂ ਗਾਇਆ ਜਾ ਰਿਹਾ ਹਾਥੀ ਦੇ ਨਿਸ਼ਾਨ ਚੋਂ ਭਾਵੇਂ ਜੁਪੀ ਦੀ ਦੀਦੀ ਮਾਇਆਵਤੀ ਕੋਲੇ ਹੈ ਪਰ ਅਗਲੇ ਸਾਲ ਸ਼ੁਰੂ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਮੁੱਖ ਰੂਪ ਵਿੱਚ ਪਰ ਚਾਰੀ ਜਾਂਦੀ ਜਾਤੀਵਾਦੀ ਸੋਚ ਹੁਣ ਸਾਰੀਆਂ ਪਾਰਟੀਆਂ ਦੇ ਆਪਣੇ ਲਈ ਜਗਾਤੀਆ ਭਾਜਪਾ ਨੂੰ ਪੰਜਾਬ ਦੇ ਵਿੱਚ ਜੱਟ ਆਗੂ ਤਾਂ ਮਿਲਦਾ ਨਹੀਂ ਸੋ ਉਹਨਾਂ ਨੇ ਹਿੰਦੂ ਦਲਤ ਵਰਗ ਦਾ ਸਾਥ ਦਲਤ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰਕੇ ਮੰਗ ਲਿਆ ਕਾਲੀ ਦਲ ਨੇ ਦਲਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੁਣ ਮਾਇਆਵਾਦੀ ਨਾਲ ਗੱਠ ਜੋੜ ਵੀ ਕਰ ਲਿਆ ਤੇ ਕਾਂਗਰਸ ਵਿੱਚ ਦਲਤ ਮੰਤਰੀ ਆਪਣੀ ਪੂਰੀ ਤਾਕਤ ਨਾਲ ਆਪਣਾ ਮਨਪਸੰਦ ਦਲਤ ਚਿਹਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪੇਸ਼ ਕਰਨ ਦੇ ਯਤਨ ਵਿੱਚ ਨੇ ਆਮ ਆਦਮੀ ਪਾਰਟੀ ਨੂੰ ਵੀ ਉਸ ਪੰਜਾਬੀ ਆਗੂ ਨੂੰ ਲੱਭਦੀ ਫਿਰਦੀ ਆ ਜੋ ਉਹਨਾਂ ਦੀ ਨੁਮਾਇੰਦਗੀ ਕਰਨ ਦੀ ਕਾਬਲੀਅਤ ਰੱਖਦਾ ਹੋਵੇ ਸਾਰੇ ਹੀ ਪਾਰਟੀਆਂ ਦੇ ਆਗੂ ਬੜੇ ਹੀ ਸੋ ਕੁੰਚਿਤ ਜਾਂ ਸੌੜੀ ਸੋਚ ਦੇ ਨਾਲ ਚੋਣਾਂ ਜਿੱਤਣ ਬਾਰੇ ਸੋਚ ਰਹੇ ਹਨ ਇਹ Hindu ਵੋਟਰ ਹੈ ਭਾਪਾ ਵੋਟਰ ਹੈ ਜੱਟ ਵੋਟਰ ਹੈ ਕੰਬੂਜ਼ ਵੋਟਰ ਨੇ ਸੋ ਪਛੜੀ ਜਾਤੀ ਦਾ ਵੋਟਰ ਹੈ ਅਸਲ ਮੁੱਦਿਆਂ ਦੀ ਸੋਚ ਕਿਦਰੇ ਵੀ ਨਹੀਂ ਬਿੱਟੂ ਦੇ ਵਿਵਾਦਿਤ ਬਿਆਨ ਤੇ ਪੜ ਕੇ ਲੋਕ ਸੋਸ਼ਲ ਮੀਡੀਆ ਤੇ ਹੋਈ ਆਲੋਚਨਾ ਨੌਜਵਾਨ ਸੰਸਦ ਮੈਂਬਰ ਬਿੱਟੂ ਦੇ ਵਿਵਾਦਿਤ ਬਿਆਨ ਨੇ ਜਿੱਥੇ ਖੁਦ ਮੁਸੀਬਤ ਸਹਿੜ ਲਈਾ ਉੱਥੇ ਹੀ ਪਾਰਟੀ ਲਈ ਮੁਸ਼ਕਲ ਖੜੀ ਕਰ ਦਿੱਤੀ ਆ ਬਿੱਟੂ ਨੇ ਅਕਾਲੀ ਭਾਜਪਾ ਗੱਠਜੋੜ ਖਾਸ ਕਰਕੇ ਅਕਾਲੀ ਦਲ ਵੱਲੋਂ ਰੂਪਨਗਰ ਜ਼ਿਲ੍ਹੇ ਦੀਆਂ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਹਲਕੇ ਦੀਆਂ ਸੀਟਾਂ ਬਸਪਾ ਨੂੰ ਦੇਣ ਦਾ ਬਿਆਨ ਦਾ ਗਿਆ ਵਾਇਰਲ ਹੋਰੀ ਵੀਡੀਓ ਵਿੱਚ ਲੋਕਾਂ ਵੱਲੋਂ ਨਾ ਤਾਂ ਸਿਰਫ ਬਿੱਟੂ ਦੀ ਸਾਖਨ ਆਲੋਚਨਾ ਕੀਤੀ ਗਈ ਬਲਕਿ ਲੋਕਾਂ ਨੇ ਬਿੱਟੂ ਪ੍ਰਤੀ ਮਾੜੀ ਸ਼ਬਦਾਵਲੀ ਵੀ ਵਰਤੀ ਹੈ आनंदपुर साहिब चौटाला सारीਆਂ ਜਾਤੀਆਂ ਇਕੱਠੀਆਂ ਕਰਕੇ ਖਾਲਸਾ ਪੰਥ ਸਜਾਇਆ ਗਿਆ ਸੀ ਉਹਨਾਂ ਨੇ ਲਿਖਿਆ ਕਿ ਅਸੀਂ ਤੈਨੂੰ ਸਿਰਫ ਮਨਮੋਹਨ ਸਿੰਘ ਕਰਕੇ ਮੈਂਬਰ ਪਾਰਲੀਮੈਂਟ ਬਣਾਇਆ ਸੀ ਨਹੀਂ ਤਾਂ ਤੈਨੂੰ ਪਤਾ ਲੱਗ ਜਾਂਦਾ ਕਿ ਆਨੰਦਪੁਰ ਕਿਸ ਦਾ ਇਲਾਕਾ ਏ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਸੋ ਬਿੱਟੂ ਦੇ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਬਿੱਟੂ ਨੇ ਇੱਕ ਹੋਰ ਸਪਸ਼ਟ ਵੀਡੀਓ ਜਾਰੀ ਕਰ ਦਿੱਤਾ ਉਹਨਾਂ ਨੇ ਕਿਹਾ ਜਿ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਸੇਵਾਮੁਕਤ ਡੀ ਡੀਸੀਪੀ ਅੱਜ ਹੋਣਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜਲੰਧਰ ਦੇ ਵਿੱਚ ਹੋਵੇਗੀ ਪ੍ਰੈਸ ਕਾਨਫਰੰਸ ਕਮਿਸ਼ਨਰੇਟ ਪੁਲਿਸ ਜਲੰਧਰ ਤੋਂ ਪਿਛਲੇ ਸਾਲ ਸੇਵਾਮੁਕਤ ਹੋਏ ਡੀਸੀਪੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਅੰਦਰਲੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਇੰਗਲੈਂਡ ਦੇ ਵਿੱਚ ਪਾਬੰਦੀਆਂ ਹੁਣ 19 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ ਬ੍ਰਿਟੇਨ ਦੇ ਚ ਪ੍ਰਧਾਨ ਮੰਤਰੀ ਬਾਰਿਸ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਤਾਲਾਬੰਦੀ ਨੂੰ 4 ਹਫ਼ਤਿਆਂ ਤੱਕ ਵਧਾਇਆ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੁਣ ਲਾਕਡਾਊਨ ਨੂੰ 4 ਹਫ਼ਤੇ ਤੱਕ ਵਧਾਉਣ ਦਾ ਮਤਲਬ ਹੈ ਕਿ ਇਹ ਪਾਬੰਦੀਆਂ ਹੁਣ 19 ਜੁਲਾਈ ਤੱਕ ਲਾਗੂ ਰਹਿਣਗੀਆਂ ਜான்ਸਨ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਸਰਕਾਰ ਕੁਝ ਹਫ਼ਤਿਆਂ ਤੋਂ ਇਸ਼ਾਰਾ ਕਰ ਰਹੀ ਸੀ ਕਿ ਨਵੀਂ ਡੈਲਟਾ ਵੈਰੀਐਂਟ ਦੇ ਫੈਲਣ ਨਾਲ ਸਖਤ ਕਦਮ ਚੁੱਕਣੇ ਪੈ ਸਕਦੇ ਨੇ ਦੂਜੇ ਪਾਸੇ ਈਰਾਨ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਆਪਣਾ ਟੀਕਾ ਤਿਆਰ ਕਰ ਲਿਆ ਹੁਣ ਕੇਂਦਰ ਸਰਕਾਰ ਬਿਜਲੀ ਸਬਸਿਡੀ ਦੀ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਤਿਆਰੀ ਕਰ ਰਹੀ ਹੈ ਜਾਣੋ ਪੰਜਾਬ ਦੇ ਕੀ ਪਵੇਗਾ ਸਰ ਫਸਲਾਂ ਦੀ ਸਿੱਧੀ ਅਦਾਇਗੀ ਤੋਂ ਬਾਅਦ ਹੁਣ ਕੇਂਦਰ ਸਰਕਾਰ ਬਿਜਲੀ ਦੀ ਸਬਸਿਡੀ ਵੀ ਕਿਸਾਨਾਂ ਦੇ ਖਾਤੇ ਵਿੱਚ ਪਾ ਕੇ ਇੱਕ ਹੋਰ ਨਵਾਂ ਰਿਫਾਰਮ ਲਿਆਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਸਬਸਿਡੀ ਰਾਜਾਂ ਨੂੰ ਕਿਸਾਨਾਂ ਦੇ ਖਾਤੇ ਵਿੱਚ ਪਾਉਣੀ ਪੈਂਦੀ ਹੈ ਸਾਰੇ ਰਾਜਾਂ ਨੂੰ ਉਹਨਾਂ ਦੇ ਕੁੱਲ ਘਰੇਲੂ ਕੁੱਲ ਘਰੇਲੂ ਸਖਲ ਉਪਾਦ ਦਾ 0.50% ਵਧੇਰੇ ਕਰਜ਼ਾ ਲੈਣ ਦੀ ਪੇਸ਼ਕਸ਼ ਕੀਤੀ ਗਈ ਆ ਪੰਜਾਬ ਦੇ ਮਾਮਲੇ ਵਿੱਚ ਇਹ 3200 ਕਰੋੜ ਰੁਪਏ ਦਾ ਵਾਧੂ ਕਰਜ਼ਾ ਹੋਵੇਗਾ ਵਿੱਤ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਲਿਖੇ 22 ਪੰਨਿਆਂ ਦੇ ਪੱਤਰ ਵਿੱਚ ਅਗਲੇ 5 ਸਾਲਾਂ ਨੂੰ ਕੀਤੇ ਜਾਣ ਵਾਲੇ ਰਿਫਾਰਮ ਦਾ ਪੂਰਾ ਵੀਰਵਾ ਦਿੱਤਾ ਗਿਆ ਜਿਸ ਦੋ ਜਿਸ ਦੇ ਵਿੱਚ ਸਭ ਤੋਂ ਵੱਡਾ ਰਿਫਾਰਮ ਕਿਸਾਨਾਂ ਦੀ ਸਬਸਿਡੀ ਬਾਰੇ ਆ ਕੇਂਦਰ ਸਰਕਾਰ ਨੇ ਕਰਜ਼ੇ ਲੈਣ ਲਈ ਇੱਕ ਮਾਪਦੰਡ ਤਿਆਰ ਕੀਤਾ ਜਿਸ ਨੂੰ ਪੁਆਇੰਟਾਂ ਦੇ ਹਿਸਾਬ ਨਾਲ ਮਾਪਿਆ ਜਾਵੇਗਾ ਸੂਬਾ ਸਰਕਾਰਾਂ ਵੱਲੋਂ ਜਿੰਨੇ ਵਾਧਾ ਅੰਕ ਪ੍ਰਾਪਤ ਕਰੇਗੀ ਉਸ ਨੂੰ ਉਸੇ ਦੇ ਮੁਤਾਬਕ ਵਾਧੂ ਕਰਜ਼ੇ ਲੈਣ ਦੀ ਆਗਿਆ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਮੱਤ ਪੇਦਾਂ ਤੇ ਹੋ ਸਕਦਾ ਵੱਡਾ ਫੈਸਲਾ ਸੋਨੀਆ ਗਾਂਧੀ ਨੇ 20 ਜੂਨ ਨੂੰ ਵੱਡੇ ਨੇਤਾਵਾਂ ਨੂੰ ਬੁਲਾਇਆ ਦਿੱਲੀ ਪੰਜਾਬ ਕਾਂਗਰਸ ਦੇ ਵਿੱਚ ਹੋ ਰਹੀ ਲੜਾਈ ਨੂੰ ਖਤਮ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 20 ਜੂਨ ਨੂੰ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਦਿੱਲੀ ਬੁਲਾਇਆ ਜੇ ਸੂਤਰਾਂ ਦੀ ਮੰਨੀ ਹੈ ਤੇ ਇਸ ਮੀਟਿੰਗ ਵਿੱਚ ਕੈਪਟਨ ਵੀ ਸ਼ਾਮਲ ਹੋ ਸਕਦੇ ਨੇ ਜਾਣਕਾਰੀ ਅਨੁਸਾਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਕਾਂਗਰਸ 'ਚ ਚੱਲ ਰਹੀ ਲੜਾਈ ਨੂੰ ਦੂਰ ਕਰਨ ਦੇ ਲਈ ਦਾਅਵੇ ਕੀਤੇ ਜਾ ਰਹੇ ਨੇ ਕੈਪਟਨ ਸਰਕਾਰ ਖਿਲਾਫ ਕਾਲੀ ਦਲ ਤੇ ਬਸਪਾ ਦਾ ਪ੍ਰਦਰਸ਼ਨ ਸੁਖਬੀਰ ਬਾਦਲ ਨੂੰ ਲਿਆ ਹੀ ਰਸਤੇ ਵਿੱਚ ਮੰਗਲਵਾਰ ਨੂੰ ਵਿਰੋਧੀ ਧਿਰ ਅਤੇ ਬਸਪਾ ਵਰਕਰ ਪੰਜਾਬ ਦੇ ਵਿੱਚ ਕਰੋਨਾ ਕਿੱਟ ਕੁਟਾਲੇ ਦੇ ਦੋਸ਼ ਵਿੱਚ ਸੜਕਾਂ ਤੇ ਉੱਤਰਾਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਵਿਰੋਧੀ ਧਿਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਿਵਾਸਨ ਦੇ ਵਿੱਚ ਸਿਸਮਾ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਸੁਖਬੀਰ ਬਾਦਲ ਸਮੇਤ ਕਈ ਅਕਾਲੀ ਦਲ ਅਤੇ ਬਸਪਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਕੈਪਟਨ ਦੇ ਘਰ ਤੋਂ ਕੁਝ ਹੀ ਦੂਰੀ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਅਕਾਲੀ ਦਲ ਕੋਵੜ ਕਿਟ ਕੁਟਾਲੇ ਦੀ ਜਾਂਚ ਤੇ ਸਿਹਤ ਮੰਤਰੀ ਬਲਵੀਰ ਨੂੰ ਕੈਪਟਨ ਬਲਵੀਰ ਸਿੰਘ ਸਿੱਧੂ ਨੂੰ ਕੈਪਟਨ ਸਰਕਾਰ ਦੇ ਵਿੱਚੋਂ ਹਟਾਉਣ ਦੀ ਮੰਗ ਕਰ ਰਹੇ ਸਨ ਬਾਦਲ ਨੇ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਉਹਨਾਂ ਨੇ ਕਿਹਾ ਜੀ ਸਭ ਤੋਂ ਵੱਡਾ ਪ੍ਰਦਰਸ਼ਨ ਕਰਾਂਗੇ ਅਕਾਲੀ ਦਲ ਨੇ ਕੈਪਟਨ ਸਰਕਾਰ ਤੇ ਕਰੋਨਾ ਟੀਕਾ ਨਿੱਜੀ ਹਸਪਤਾਲਾਂ ਨੂੰ ਲਾਭ ਦੇਣ ਦੇ ਲਈ ਵੇਚਣ ਦਾ ਵੀ ਦੋਸ਼ ਲਾਇਆ ਹੈ ਪੰਜਾਬ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਛੀ ਨੇ ਇੱਕ ਵਾਰ ਫਿਰ ਕੇਂਦਰ ਬੀਜੇਪੀ ਸਰਕਾਰ ਤੇ ਸਾਧਿਆ ਨਿਸ਼ਾਨਾ ਦਿੱਤਾ ਵੱਡਾ ਬਿਆਨ ਬਿਆਨ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪੰਜਾਬ ਦੇ ਵਿੱਚ ਚੋਣਾਂ ਨੇੜੇ ਆ ਰਹੀਆਂ ਨੇ ਸਾਰੀਆਂ ਤਰ੍ਹਾਂ ਇਸ ਸਮੇਂ ਚੋਣਾਂ ਦੇ ਲਈ ਜ਼ਮੀਨ ਪੇਚ ਤਿਆਰ ਕਰਨ ਵਿੱਚ ਜੁਟੀਆਂ ਨੇ ਜੇਕਰ ਕਿਸਾਨ ਅੰਦੁੱਦ ਦੀ ਗੱਲ ਕਰੀਏ ਤਾਂ ਇਸ ਸਮੇਂ ਕਿਸਾਨਾਂ ਨੂੰ ਸਰਹੱਦ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੀਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਲਾਹੇਵੰਦ ਦੱਸ ਰਹੀ ਹੈ ਇਸ ਦੌਰਾਨ ਕਈ ਨੇਤਾ ਉਹਨਾਂ ਨੂੰ ਗਲਤ ਬੋਲ ਰਹੇ ਹਨ ਸੋ ਭਾਜਪਾ ਸਰਕਾਰ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਹਨ ਉਕਤ ਕੁਝ ਲੀਡਰਾਂ ਨੇ ਅਨਿਲ ਜੋਚੀ ਦਾ ਸਮਰਥਨ ਵੀ ਕੀਤਾ ਹੋਣਾ ਅਨਿਲ ਜੋਚੀ ਨੇ ਇੱਕ ਵਾਰ ਫਿਰ ਪੰਜਾਬ বিজেਪੀ ਤੇ ਨਿਸ਼ਾਨਾ ਸਾਧਿਆ ਉਹ ਕਹਿੰਦੇ ਨੇ ਕਿ ਪੰਜਾਬ ਭਾਜਪਾ ਦੇ ਲੀਡਰ ਜੋ ਉਹਨਾਂ ਤੇ ਇਲਜ਼ਾਮ ਲਾ ਰਹੇ ਹਨ ਉਹ ਗਲਤ ਹਨ ਮਾਲ ਵਿਭਾਗ ਵੱਲੋਂ ਜਮ੍ਹਾਂਬੰਦੀਆਂ ਦੀਆਂ ਫਰਤਾਂ ਘਰ ਚੋਂ ਮੁਹੱਈਆ ਕਰਵਾਉਣ ਨੂੰ ਦਿੱਤੀ ਜਾਵੇਗੀ ਸਹੂਲਤ ਜਮ੍ਹਾਂਬੰਦੀਆਂ ਦੀਆਂ ਪ੍ਰਮਾਣਿਤ ਕਾਪੀਆਂ ਜੋ ਹੁਣ ਤੱਕ ਸੂਬੇ ਦੇ ਵਿੱਚ 172 ਫਰਦ ਕੇਂਦਰਾਂ ਤੇ 516 ਸੇਵਾ ਕੇਂਦਰਾਂ ਰਾਹੀਂ ਜਨਤਾ ਨੂੰ ਕਾਊਂਟਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਹੁਣ ਉਹਨਾਂ ਨੂੰ ਆਪਣੇ ਘਰ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਮੁੱਖ ਸਕੱਤਰ ਏਸੀਐਸ ਮਾਲ ਰਵਨੀਤ ਕੌਰ ਨੇ ਦੱਸਿਆ ਕਿ ਆਪਣੀ ਜਾਇਦਾਦ ਦੀ ਜਮ੍ਹਾਂਬੰਦੀ ਲਈ ਪ੍ਰਮਾਣਿਤ ਕਾਪੀ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀ ਨੂੰ ਸਿਰਫ ਆਨਲਾਈਨ ਅਪਲਾਈ ਕਰਨਾ ਅਤੇ ਲੋੜਿੰਦੀ ਫੀਸ ਅਦਾ ਕਰਨੀ ਪਵੇਗੀ ਇਹ ਫਰਦਾ ਕੰਮ ਕੱਜ ਤਿੰਨ ਤੋਂ 4 ਦਿਨਾਂ ਦੇ ਅੰਦਰ-ਅੰਦਰ ਉਸ ਦੇ ਘਰ ਦੇ ਪਤੇ ਤੇ ਸਪੀਡ ਪੋਸਟਡ ਰਾਹੀਂ ਪਹੁੰਚਾ ਦਿੱਤੇ ਜਾਣਗੇ। ਇੰਡੀਗੋ ਜਹਾਜ਼ ਦੀ ਲੈਂਡਿੰਗ ਦੌਰਾਨ ਫਟਿਆ ਟਾਇਰ ਵਾਲ-ਵਾਲ ਬਚੇ ਯਾਤਰੀ। ਕਰਨਾਟਕ ਦੇ ਵਿੱਚ ਸੋਮਵਾਰ ਨੂੰ ਰਾਤ ਨੂੰ ਕਨੂਰ ਤੋਂ ਹੁਬਲੀ ਆ ਰਹੇ ਇੱਕ ਇੰਡੀਗੋ ਯਾਤਰੀ ਜਹਾਜ਼ ਦੀ ਲੈਂਡਿੰਗ ਦੇ ਸਮੇਂ ਟਾਇਰ ਫਟ ਗਿਆ। ਗਨੀਮਤ ਰਹੀ ਕਿ ਜਹਾਜ਼ ਚ ਸਵਾਰ ਸਾਰੇ ਯਾਤਰੀ ਵਾਲ-ਵਾਲ ਬਚ ਕੇ ਉਧਰ ਹਵਾਈ ਅੱਡਾ ਅਥਾਰਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਇੰਡੀਗੋ 에ਅਰਲਾਈਨਸ ਦੇ ਅਧਿਕਾਰੀ ਨੇ ਬਿਆਨ ਚੁਕਿਆ ਕਿ ਇੰਡੀਗੋ ਏਟੀਆਰ ਆਪਰੇਟਿੰਗ 6ਈ 989 ਨੂੰ ਕਨੂਰ ਤੋਂ ਹੁबली ਆ ਰਹੀ ਸੀ ਉਤਰਦੇ ਸਮੇਂ ਹੀ ਅਚਾਨਕ ਜਹਾਜ਼ ਫਟ ਗਿਆ ਕੋਵਿਡ-19 ਟੀਕਾ ਸੇਵਾਵਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਦੀ ਲੋੜ ਨਹੀਂ ਸਰਕਾਰ ਕੇਂਦਰ ਸਰਕਾਰ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਨਵੇਂ ਟੀਕਾ ਕਿਰਨ ਸੇਵਾਵਾਂ ਦਾ ਲਾਭ ਲੈਣ ਦੇ ਲਈ ਅਪੁਆਇੰਟਮੈਂਟ ਜਾਂ ਰਜਿਸਟ੍ਰੇਸ਼ਨ ਦੀ ਲਾਜ਼ਮੀ ਨਹੀਂ ਇਹ ਸਪਸ਼ਟ ਕਰਨਾ ਰੂਲਰ ਖੇਤਰ ਦੇ ਬਹੁਤ ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਇਆ ਸਰਕਾਰ ਨੇ ਅੱਗੇ ਕਿਹਾ ਕਿ 18 ਸਾਲ ਜਾਂ ਉਸ ਤੋਂ ਬਾਅਦ ਉਮਰ ਦਾ ਕੋਈ ਵੀ ਵਿਅਕਤੀ ਨਜ਼ਦੀਕੀ ਟੀਕਾ ਕਰਨ ਕੇਂਦਰ ਤੇ ਜਾ ਸਕਦਾ ਤੇ ਜਿੱਥੇ ਟੀਕਾ ਕਰਤਾ ਸਾਈਟ ਤਾਂ ਰਜਿਸਟ੍ਰੇਸ਼ਨ ਕਰਵਾਉਂਦਾ ਤੇ ਉਸੇ ਦੌਰਾਨ ਹੀ ਟੀਕੇ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਜੂਨ ਨੂੰ ਲੰਬਿਤ ਮਤਿਆਂ ਬਾਰੇ ਹੋਵੇਗੀ ਚਰਚਾ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਜੂਨ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ ਮੀਟਿੰਗ ਦਾ ਅਜੰਡਾ ਅਜੇ ਜਾਰੀ ਨਹੀਂ ਹੋਇਆ ਪਰ ਇਹ ਮੀਟਿੰਗ ਕਾਫੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਪਿਛਲੀ ਮੀਟਿੰਗ ਵਿੱਚ ਪੰਜਾਬ ਕੈਬਨਿਟ ਦੇ ਕਈ ਮੰਤਰੀਆਂ ਦੀ ਨਾਰਾਜ਼ਗੀ ਦੇ ਵਜੋਂ ਹਿੱਸਾ ਲਿਆ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਲੀ ਪੰਜਾਬ ਪਵਨ ਦੇ ਵਿੱਚ ਬੈਠੇ ਕੁਝ ਮੰਤਰੀਆਂ ਨੂੰ ਮਲੇਰ ਕੋਟਲਾ ਦੇ ਜ਼ਿਲ੍ਹਾ ਬਣਾਉਣ ਸੰਬੰਧੀ ਪ੍ਰਸਤਾਵ ਨੂੰ ਬੇਨਤੀ ਵੀ ਕੀਤੀ ਸੀ ਕੈਤੀ ਕਾਨੂੰਨਾਂ ਦੇ ਖਿਲਾਫ 26 ਨੂੰ ਦੇਸ਼ ਭਰ ਦੇ ਵਿੱਚ ਰਾਜਪਾਲਾਂ ਤੋਂ ਕਿਸਾਨਾਂ ਕਿਸਾਨ ਜਥੇਬੰਦੀਆਂ ਸੌਂਪਣਗੀਆਂ ਮੰਗ ਪੱਤਰ ਲਾਉਣਗੀਆਂ ਧਰਨੇ ਸਿੰਘੂ ਬਾਰਡਰ ਤੇ ਜਮੂਰੀ ਕਿਸਾਨ ਪੰਸਬਾ ਪੰਜਾਬ ਦੀ ਮੀਟਿੰਗ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਦੇ ਵਿੱਚ ਹੋਈ ਮੀਟਿੰਗ ਚ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਅਜਨਾਲਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜੂਨ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਅਰੇ ਹੇਠ ਦੇਸ਼ ਦੇ ਸਾਰੇ ਸੂਬਿਆਂ ਦੇ ਰਾਜਪਾਲਾਂ ਤੇ ਦਫ਼ਤਰਾਂ ਦੇ ਵੱਲ ਮਾਰਚ ਕਰਕੇ ਉਹਨਾਂ ਨੂੰ ਯਾਦ ਪੱਤਰ ਦੇਣਗੇ ਦੁਆਬਾ ਕਿਸਾਨ ਯੂਨੀਅਨ ਨੇ ਕਾਲੀਆਂ ਝੰਡੀਆਂ ਵਖਾ ਕੇ ਮਨੀਸ਼ ਤਵਾੜੀ ਦਾ ਕੀਤਾ ਵਿਰੋਧ ਪੰਜਾਬ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਤਪੁਰ ਆਪਣੇ ਸਾਥੀਆਂ ਦੇ ਸਮੇਤ ਬਸਾਡਾ ਰਾਹੋ ਵਿਖੇ ਮਨੀਸ਼ ਤਵਾੜੀ ਦੇ ਦੌਰੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਪਤਾ ਲੱਗਿਆ ਕਿ ਤਵਾੜੀ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਾ ਆਉਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਵਖਾ ਕੇ ਵਿਰੋਧ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਉਹ ਨਹੀਂ ਵੜਨ ਦਿੱਤਾ ਜਾਵੇਗਾ ਕਿਉਂਕਿ ਇਹ ਮੰਤਰੀ ਆਪਣੀਆਂ ਰੋਟੀਆਂ ਸੇਕਦੇ ਹਨ ਤੇ ਵੋਟਾਂ ਵਾਸਤੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਏਮਸ ਦਿੱਲੀ ਦੇ ਵਿੱਚ ਇਲਾਜ ਕਰਵਾਉਣ ਵਾਲੇ ਹਜ਼ਾਰਾਂ ਮਰੀਜ਼ਾਂ ਨੂੰ ਵੱਡੀ ਰਾਹਤ 18 ਜੂਨ ਤੋਂ ਖੁੱਲੇਗੀ ਓਪੀਡੀ ਏਮਸ ਦੇ ਵਿੱਚ 18 ਜੂਨ ਤੋਂ ਓਪੀਡੀ ਸੇਵਾਵਾਂ ਫਿਰ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਇਸ ਦੀ ਜਾਣਕਾਰੀ ਏਮਸ ਪ੍ਰਸ਼ਾਸਨ ਨੇ ਦਿੱਤੀ ਏਮਸ ਨੇ ਦੱਸਿਆ ਕਿ ਕਰੋਨਾ ਇਨਫੈਕਸ਼ਨ ਘਟ ਹੋਣ ਤੇ ਦਿੱਲੀ ਅਨਲੌਕ ਹੋਣ ਤੋਂ ਬਾਅਦ ਓਪੀਡੀ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਲੋਕ ਏਮਸ ਤੋਂ ਆਪਣਾ ਇਲਾਜ ਕਰਵਾ ਸਕਦੇ ਨੇ ਏਮਸ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਨਲਾਈਨ ਅਪਾਇੰਟਮੈਂਟ ਲੈ ਸਕਦੇ ਨੇ ਪੰਜਾਬ ਚ ਕਈ ਪਾਬੰਦੀਆਂ ਹਟਾਈਆਂ ਨਾਈਟ ਕਰਫਿਊ ਰਹੇਗਾ ਜਾਰੀ ਨਵੀਆਂ ਗਾਈਡਲਾਈਨਸ ਪੰਜਾਬ ਦੇ ਵਿੱਚ ਲਾਕਡਾਊਨ ਦੀ ਮਿਆਦ ਅਜੇ ਖਤਮ ਹੋ ਰਹੀ ਆ ਕੈਪਟਨ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਨਾਈਟ ਕਰਫਿਊ ਨੂੰ ਜਾਰੀ ਰੱਖਦੇ ਹੋਏ ਕਈ ਪਾਬੰਦੀਆਂ ਤੋਂ ਛੋੜਦਾ ਐਲਾਨ ਕੀਤਾ ਕੱਲ ਤੋਂ ਰੈਸਟੋਰੈਂਟ ਢਾਬੇ ਸਿਨੇਮਾ ਘਰ ਜਿਮ ਆਦ 50% ਸਮਰੱਥਾ ਦੇ ਨਾਲ ਲਾਗੂ ਰਹਿਣਗੇ اسی ਬੱਸਾਂ ਵੀ 50% ਸਮਰੱਥਾ ਨਾਲ ਚੱਲਣਗੀਆਂ ਲਾਕਡਾਊਨ ਦੀ ਮਿਆਦ ਅੱਜ ਖਤਮ ਹੋ ਗਈ ਆ ਸ਼ਾਮ ਤੱਕ ਪੰਜਾਬ ਸਰਕਾਰ ਕਰੋਨਾ ਦੇ ਘਟਦੇ मामलों ਨੂੰ ਦੇਖਦੇ ਹੋਏ ਕਈ پابੰਦੀਆਂ ਵਿੱਚ ਛੋੜ ਦਿੰਦੇ ਹੋਏ ਲਾਕਡਾਊਨ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਵਾਇਰਸ ਦੀ ਦੂਜੀ ਲਹਿਰ ਬੇਸ਼ੱਕ ਪੂਰੀ ਤਰ੍ਹਾਂ ਨਾਲ ਰੁਕ ਗਈ ਆ ਪਰ ਸੂਬੇ 'ਚ 106 ਦਿਨਾਂ ਬਾਅਦ ਵੀ ਸੰਕਰਮਣ ਦੇ 629 ਮਾਮਲੇ ਸਾਹਮਣੇ ਆਏ ਹਨ ਐਸਐਸ ਬੋਰਡ ਦੇ ਵੱਲੋਂ 866 ਡਿਪਲੋਮਾ ਹੋਲਡਰ ਵੈਟਰਨਰੀ ਇਨਸਪੈਕਟਰਾਂ ਦੀ ਭਰਤੀ ਦੇ ਲਈ ਇਸ਼ਤਿਹਾਰ ਜਾਰੀ ਅੱਜ ਸੋਬਾ ਕੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਵੱਲੋਂ ਪੰਜਾਬ ਸਰਕਾਰ ਦੇ ਕਰਕਰ ਰੋਜ਼ਗਾਰ ਦੇਣ ਦੀ ਨੀਤੀ ਅਧੀਨ 866 ਡਿਪਲੋਮਾ ਹੋਲਡਰ ਵੈਟਰਨਰੀ ਇਨਸਪੈਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਕੈਬਨਿਟ ਮੰਤਰੀ ਪਿੰਡੂ ਵਿਕਾਸ ਅਤੇ ਪੰਚਾਇਤ ਪਸ਼ੂ ਪਾਲਣ ਮੱਛੀ ਪਾਲਣ ਡੇਰੀ ਵਿਕਾਸ ਵਿਭਾਗ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾਦੀ ਦਿਨ ਰਾਤ ਮਿਹਨਤ ਅਤੇ ਦੂਰਅੰਦੇਸ਼ੀ ਸਦਕਾਰ ਚੇਅਰਮੈਨ ਰਮਨ ਬਹਿਲ ਨੇ ਐਸਐਸ ਬੋਰਡ ਦੀਆਂ ਭਰਤੀਆਂ ਦੀ ਪਾਰਦਰਸ਼ਤਾ ਇਮਾਨਦਾਰੀ ਅਤੇ ਨੇਕ ਨੀਤੀ ਸਦਕਾ ਬੋਰਡ ਨੇ ਵੈਟਰਨਰੀ ਇਨਸਪੈਕਟਰਾਂ ਦੀ ਭਰਤੀ ਲਈ ਹਰ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਉਪਰੰਤ 866 ਵੈਟਰਨਰੀ ਇਨਸਪੈਕਟਰਾਂ ਦੀ ਪੜਤਾਲ ਇਸ਼ਤਿਹਾਰ ਜਾਰੀ ਕੀਤਾ ਰਮਨਿਤ ਬਿੱਟੂ ਤੇ ਪੜ੍ਹ ਕੇ ਬਿੱਟੂ ਦੇ ਬਿਆਨ ਤੇ ਪੜ੍ਹ ਕੇ ਜਸਵੀਰ ਗੜੀ ਕੈਪਟਨ ਨੂੰ ਦਿੱਤੀ ਚੇਤਾਵਨੀ ਬੌਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਗੜੀ ਨੇ ਕਾਂਗਰਸ ਦੇ ਐਮਪੀ ਰਮਨਿਤ ਬਿੱਟੂ ਨੂੰ ਉਸ ਦੇ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੱਤਾ ਜਿਸ ਵਿੱਚ ਉਸ ਨੇ ਅਕਾਲੀ ਦਲ ਵੱਲੋਂ ਦੋ ਪੰਥਕ ਸ਼ੀਟਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਸੀਟ ਬਸਪਾ ਨੂੰ ਦੇਣ ਤੇ ਸਵਾਲ ਚੁੱਕੇ ਸਨ ਗੜੀ ਨੇ ਕਿਹਾ ਕਿ ਬਿੱਟੂ ਉਸ ਪਰਿਵਾਰ ਚੋਂ ਆ ਜਿਸ ਨੇ ਪੰਜਾਬੀਆਂ ਦਾ ਖੂਨ ਡੋਲਿਆ ਉਹਨਾਂ ਨੇ ਕਿਹਾ ਜੀ ਬਿੱਟੂ ਦੇ ਦਾਦੇ ਬਿਆਨਤਰ ਤੇ ਕੇਪੀਐਸ ਦੀ ਜੋੜੀ ਨੇ ਪੰਜਾਬ ਦੇ ਵਿੱਚ ਵੱਡੀ ਕਤਲੋਗਾਰਧ ਕੀਤੀ ਸੀ ਉਹਨਾਂ ਨੇ ਕਿਹਾ ਕਿ ਬਿੱਟੂ ਦੀਆਂ ਸੱਤ ਪੁਸ਼ਤਾਂ ਵੀ ਪੰਜਾਬ ਦਾ ਮੁੱਲ ਨਹੀਂ ਮੋੜ ਸਕਦੀਆਂ ਅਗਲੀ ਵੱਡੀ ਖਬਰ ਆ ਜੀ ਜੌਣ ਦਾ ਹੌਸਲਾ ਸਿਰ ਤੇ ਟੁੱਟਿਆਂ ਦੁੱਖਾਂ ਦਾ ਪਹਾੜ ਪਰ ਨਹੀਂ ਹਾਰੀ ਹਿੰਮਤ ਹੁਣ ਮਰਦਾਂ ਵਾਲਾ ਲਿਬਾਸ ਪਹਿਨ ਕੇ ਆਟੋ ਚਲਾਰੀਆ ਬਠਿੰਡਾ ਦੀ ਔਰਤ ਅਕਸਰ ਹੀ ਸਮਾਜ ਦੇ ਵਿੱਚ ਇਕੱਲੀਆਂ ਰਹਿੰਦੀਆਂ ਔਰਤਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਉਹ ਜਿਉਣ ਦਾ ਹੌਸਲਾ ਗਵਾ ਬੈਠਦੀਆਂ ਨੇ ਪਰ ਬਠਿੰਡਾ ਦੇ ਬੰਗੀ ਨਗਰ ਤੋਂ ਰਹਿਣ ਵਾਲੀ ਔਰਤ ਇੰਦਰ ਕੌਰ ਅਜਹੀਆਂ ਸਾਰੀਆਂ ਔਰਤਾਂ ਲਈ ਹਿੰਮਤ ਦੀ ਮਿਸਾਲ ਆ ਜਿਸ ਤੇ ਪਰਿਵਾਰ ਵਿੱਚ ਸਿਵਾਏ ਇੱਕ ਮਾਂ ਤੋਂ ਹੋਰ ਕੋਈ ਨਹੀਂ ਪਰ ਉਹ ਮਰਦਾਵਾਲਾ ਭੇਸ ਬਣਾ ਕੇ ਆਪਣੀ ਮਾਂ ਲਈ ਆਟੋ ਚਲਾ ਕੇ ਮਿਹਨਤ ਕਰ ਰਹੀ ਹੈ ਉਸਨੇ ਦੱਸਿਆ ਕਿ ਉਸਦੇ 4 ਬੱਚੇ ਹੋਏ ਪਰ ਤਿੰਨਾਂ ਦੀ ਮੌਤ ਹੋ ਗਈ ਇੱਕ ਧੀ ਬਚੀ ਹੈ ਜਿਸ ਦਾ ਵਿਆਹ ਕਰ ਦਿੱਤਾ ਗਿਆ ਪਤੀ ਨਾਲ ਲੜਾਈ ਝਗੜੇ ਰਹਿਣ ਕਰਨ ਉਸ ਦਾ ਤਲਾਕ ਹੋ ਚੁੱਕਾ ਮਾਂ ਨਾਲ ਇਕੱਲੀ ਰਹਿੰਦੀ ਹੈ ਤੇ ਮਾਂ ਬੁੱਢੀ ਹੈ ਜੋ ਬਿਮਾਰ ਹੈ ਉਸ ਦੇ ਇਲਾਜ ਲਈ ਪੈਸੇ ਚਾਹੀਦੇ ਸਨ ਭਾਰਤ ਵਿੱਚ ਕਰੋਨਾ ਵੈਕਸੀਨ ਕਾਰਨ ਹੋਈ ਪਹਿਲੀ ਮੌਤ ਏ ਐਫ ਏ ਈ ਐਫ ਆਈ ਕਮੇਟੀ ਨੇ ਕੀਤੀ ਪੁਸ਼ਟੀ ਭਾਰਤ ਵਿੱਚ ਕਰੋਨਾ ਵੈਕਸੀਨ ਦੇ ਕਾਰਨ ਇੱਕ 68 ਸਾਲਾ ਵਿਅਕਤੀ ਦੀ ਮੌਤ ਦੀ ਪੁਸ਼ਟੀ ਦੱਸਿਆ ਜਾ ਰਿਹਾ ਹੈ ਕਿ 8 ਮਾਰਚ 21 ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ ਦੇਸ਼ ਦੇ ਵਿੱਚ ਕਰੋਨਾ ਟੀਕੇ ਕਾਰਨ ਹੁਈਆਂ 23 ਮੌਤਾਂ ਦੇ ਦੋਛਾਂ ਦੀ ਪੜਤਾਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਟੀਕੇ ਨਾਲ ਸਿਰਫ ਇੱਕ ਮੌਤ ਹੋਈ ਆ ਹੋਰ ਕਾਰਨਾਂ ਕਰਕੇ 22 ਲੋਕਾਂ ਦੀ ਮੌਤ ਹੋ ਚੁੱਕੀ ਆ ਹਰਿਆਣਾ ਦੇ ਸਕੂਲਾਂ ਵਿੱਚ 30 ਜੂਨ ਤੱਕ ਰਹਿਣਗੀਆਂ ਗਰਮੀ ਦੀਆਂ ਛੁੱਟੀਆਂ 1 ਜੁਲਾਈ ਤੋਂ ਖੁੱਲਣਗੇ ਸਕੂਲ ਹਰਿਆਣਾ ਸਰਕਾਰ ਨੇ ਸੂਬੇ ਦੇ ਵਿੱਚ ਸਕੂਲ ਖੋਲਣ ਦਾ ਵੱਡਾ ਫੈਸਲਾ ਕੀਤਾ ਸੂਬੇ ਦੇ ਵਿੱਚ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੁਣ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਰਹਿਣਗੀਆਂ 1 ਜੁਲਾਈ ਤੋਂ ਸਕੂਲ ਖੁੱਲਣਗੇ 1 ਜੁਲਾਈ ਤੋਂ ਸਕੂਲਾਂ ਵਿੱਚ ਕਲਾਸਾਂ ਲੱਗਣਗੀਆਂ ਜਾਂ ਆਨਲਾਈਨ ਇਹ ਅਜੇ ਸਪਸ਼ਟ ਨਹੀਂ ਗਰਮੀ ਦੀਆਂ ਛੁੱਟੀਆਂ ਸਮਾਪਤ ਹੋ ਰਹੀਆਂ ਸਨ ਪਹਿਲਾਂ ਦੱਸਿਆ ਗਿਆ ਕਿ 16 ਜੂਨ ਤੋਂ ਆਨਲਾਈਨ ਕਲਾਸਾਂ ਲੱਗਣਗੀਆਂ ਪਰ ਦੂਜੀ ਲਹਿਰ ਦੇ ਚੱਲਦੇ ਹੋਏ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਸੋਮਵਾਰ ਨੂੰ ਸਕੂਲਾਂ ਦੇ ਵਿੱਚ ਬੁੱਧਵਾਰ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਹੋ ਜਾਵੇਗੀ ਚੰਡੀਗੜ੍ਹ ਵਿੱਚ ਬਿਜਲੀ ਦੇ ਨਿੱਜੀਕਰਨ ਸੰਬੰਧੀ ਪੰਜਾਬ ਸਰਕਾਰ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਵੀਰ ਦਵਿੰਦਰ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿੱਚ ਬਿਜਲੀ ਦੇ ਨਿੱਜੀਕਰਨ ਦੀ ਯੋਜਨਾ ਦਾ ਸਖਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਬਿਜਲੀ ਦਾ ਨਿੱਜੀਕਰਨ ਕਰਨਾ ਭਾਰਤ ਸਰਕਾਰ ਦੀ ਇੱਕ ਮਾੜੀ ਚਾੜ ਹੈ। ਉਹਨਾਂ ਨੇ ਕਿਹਾ ਚੰਡੀਗੜ੍ਹ ਸ਼ਹਿਰ ਵਰਗੇ ਸ਼ਹਿਰ ਵਿੱਚ ਬਿਜਲੀ ਦੀ ਘਾਟ ਘੱਟ ਹੈ, ਕੀਮਤ ਵੀ ਘੱਟ ਹੈ, ਚੰਗੀ ਖਪਤਕਰ ਸੇਵਾ ਹੈ, ਜਿਸੇ 'ਚੋਂ ਬਿਜਲੀ ਸਪਲਾਈ ਦਾ ਨਿੱਜੀਕਰਨ ਕਰਨਾ ਉਚਿਤ ਨਹੀਂ ਦਿੱਲੀ ਬਾਰਡਰਾਂ ਦੇ ਕਿਸਾਨਾਂ ਨੇ ਬਦਲੀ ਰਣਨੀਤੀ ਚੋਂ ਨੌਜਵਾਨ ਝੋਨਾ ਲਾਉਣ ਪੰਜਾਬ ਵਰਤੇ ਤਾਂ ਬਜ਼ੁਰਗਾਂ ਤੇ ਔਰਤਾਂ ਨੇ ਸੰਭਾਲਿਆ ਮੋਰਚਾ ਪੰਜਾਬ ਦੀਆਂ ਖੇਤਰੀ ਜਥੇਬੰਦੀਆਂ ਤੇ ਢੁਕਵੀਂ ਤਾਕਤ ਬਣਾਈ ਰੱਖਣ ਲਈ ਦੀ ਟਿੱਕਰੀ ਸਰਹੱਦ ਤੇ ਔਰਤਾਂ ਸਣੇ ਬਜ਼ੁਰਗ ਲੋਕਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਇਹ ਫੈਸਲਾ ਪਿਛਲੇ 2 ਹਫ਼ਤਿਆਂ ਵਿੱਚ ਬਾਰਡਰ ਤੇ ਪ੍ਰਦਰਸ਼ਨਕਾਰੀਆਂ ਦੀ ਘਟ ਰਹੀ ਗਿਣਤੀ ਦੇ ਮੱਦੇਨਜ਼ਰ ਲਿਆ ਕਿਉਂਕਿ ਬਹੁਤ ਸਾਰੇ ਕਿਸਾਨ ਝੋਨੇ ਦੀ ਬਜਾਈ ਲਈ ਪੰਜਾਬ ਵਰਤ ਨੇ ਸ਼ੁਰੂ ਹੋ ਗਏ ਹਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਬਜਾਈ ਦਾ ਮੌਸਮ ਹੁੰਦਾ ਹੈ ਬੇਰੋਜ਼ਗਾਰਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਵਿੱਡੀ ਨਵੀ ਮੁਹੰਮਦ ਦਿਓ ਜਵਾਬ ਕੈਪਟਨ ਸਾਹਿਬ ਕਰ ਕਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਕੈਪਟਨ ਸਰਕਾਰ ਵਿਰੁੱਧ ਬੇਰੋਜ਼ਗਾਰਾਂ ਨੇ ਮੁਹੰਮ ਤੇਜ ਕਰ ਦਿੱਤੀ ਆ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦੇ ਪੋਸਟਰ ਘਰਾਂ ਦੇ ਅੱਗੇ ਲਾਉਣ ਦੀ ਮਹਿਮ ਸ਼ੁਰੂ ਕਰ ਦਿੱਤੀ ਆ ਦਿਓ ਜਵਾਬ ਕੈਪਟਨ ਸਾਹਿਬ ਦੇ ਲੋਗੋ ਵਾਲੇ ਪੋਸਟਰ ਤਹਿਤ ਕੈਪਟਨ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਨੇ ਪੋਸਟਰ ਲਾ ਕੇ ਬੇਰੋਜ਼ਗਾਰਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਕਰ ਕਰ ਰੁਜ਼ਗਾਰ ਦਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਉਹਨਾਂ ਨੇ ਕਿਹਾ ਕਿਸਾਨੀ ਕਾਂਗਰਸੀ ਲੀਡਰਾਂ ਨੂੰ ਇਸ ਵਾਅਦੇ ਦੇ ਤਹਿਤ ਸਵਾਲ ਕੀਤੇ ਜਾਣਗੇ ਪੰਜਾਬ ਪੁਲਿਸ ਤੋਂ ਡੀਸੀਪੀ ਰਿਟਾਇਰਡ ਪੀਪੀ ਅਫਸਰ ਬਲਕਾਰ ਸਿੰਘ ਆਪ ਦੇ ਵਿੱਚ ਹੋਏ ਸ਼ਾਮਲ ਸੋ ਵੱਡਾ ਐਲਾਨ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੈਨੇਡਾ ਵਿੱਚ ਸਿੱਖ ਸੰਸਦ ਨੇ ਮੁ슬लिम ਵਿਰੋਧੀ ਬਿੱਲ ਦੇ ਸਮਰਥਨ ਲਈ ਮੰਗੀ ਮਾਫੀ ਇਹ ਜਿਹੜੀ ਕੈਨੇਡਾ ਤੋਂ ਖਬਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਸਿਆਸਤ ਨੂੰ ਨਵੀਂ ਸਿਆਸੀ ਜਥੇਬੰਦੀ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੀ ਉਭਾਰ ਪੰਜਾਬ ਦੀ ਸਿਆਸਤ ਵਿੱਚ ਨਵੀਂ ਸਿਆਸੀ ਜਟੇਬੰਦੀ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੀ ਸਥਾਪਨਾ ਕਰ ਦਿੱਤੀ ਗਈ ਆ ਸੋ ਪੰਜਾਬ ਦੇ ਵਿੱਚ ਇਹ ਨਵੀਂ ਪਾਰਟੀ ਹੁਣ ਸਾਹਮਣੇ ਉੱਭਰ ਕੇ ਨਿਕਲਾਈ ਹੈ ਧੰਨਵਾਦ